ਉਹ ਲੋਕਾਂ ਨੇ ਆ ਕੇ ਕਦੇ ਬਿੱਲੇ ਬਾਈ ਦੇ ਕੰਨ ਭਰਨੇ ਜਾਂ ਇੱਧਰ ਉੱਧਰ ਨਹੀਂ, ਪਰ ਉਹ ਕਦੇ ਤਕਰਾਰ ਹੋਈ ਕਿਸੇ ਗੱਲ? ਜਦੋਂ ਸਾਨੂੰ ਪਤਾ ਲੱਗਦਾ ਲੈ ਵੀ ਆਹ ਵਿੱਚ ਕੋਈ ਬੰਦਾ ਆ ਗਿਆ ਜਿਹੜਾ ਕੋਈ ਇੱਦਾਂ ਦੀਆਂ ਖਰਾਬੀਆਂ ਕਰ ਰਿਹਾ ਸੀ, ਉਹਦਾ ਗਾਣਾ ਉਦੋਂ ਤੱਕ ਕੋਈ 100 ਮਿਲੀਅਨ ਕ੍ਰੋਸ ਨਹੀਂ ਕੀਤਾ ਸੀ, ਮੇਰੇ ਵਾਲਾ ਗਾਣਾ ਪਹਿਲਾਂ ਕਰ ਗਿਆ। ਮੇਰੇ ਖਿਆਲ ਦੇ ਵਿੱਚ ਉਹਦਾ ਆਪਦਾ ਗਾਣਾ ਉਦੋਂ ਤੱਕ ਕੋਈ ਵੀ 100 ਮਿਲੀਅਨ ਨਹੀਂ ਗਿਆ ਸੀ ਜਦੋਂ ਨੂੰ ਮੇਰੇ ਤੇ ਸ਼ਿਵ ਪੁੱਦੇ ਲੰਘ ਗਏ ਸੀ। ਬਿੱਲਾ ਬਾਈ ਮੇਰੇ ਨਾਲੋਂ ਇਸ ਇੰਡਸਟਰੀ ਦੇ ਵਿੱਚ ਪਹਿਲਾਂ ਆ ਗਿਆ ਸੀ, ਅਸਟੈਬਲਿਸ਼ ਹੋ ਗਿਆ ਸੀ। ਠੀਕ ਹੈ। ਉਹਦੇ ਮਨ ਦੇ ਵਿੱਚ ਵੀ ਸੀ ਯਾਰ ਵੀ ਮੇਰਾ ਭਰਾ ਹੈ, ਹਮੇਸ਼ਾ ਮੇਰੇ ਨਾਲ ਯਾਰ ਹੈ, ਇਕੱਠੇ ਖਾਂਦੇ ਹਾਂ, ਇਕੱਠੇ ਪੀਂਦੇ ਹਾਂ, ਉੱਠਦੇ ਹਾਂ, ਹੈ ਨਾ, ਕਿਉਂ ਨਾ ਯਾਰ ਵੀ ਇਹਦਾ ਵੀ ਆਪਾਂ ਕੋਈ ਨਾ ਕੋਈ ਇੱਦਾਂ ਦਾ ਕੰਮ ਕਰੀਏ ਵੀ ਜਿਹਦੇ ਨਾਲ ਇਹਦਾ ਵੀ ਗਾਣਾ ਹੋਵੇ, ਹੈ ਨਾ। ਸੋ ਸੇਮ ਟਾਈਮ ਵਾਲਾ ਗਾਣਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ, ਬਿੱਲੇ ਬਾਈ ਕੋਲੇ ਸੀ, ਉਹਨੇ ਮੈਨੂੰ ਦਿੱਤਾ, ਠੀਕ ਹੈ, ਵਿੱਚ ਫੀਚਰ ਕੀਤਾ। ਉਹਦਾ ਗਾਣਾ ਉਦੋਂ ਤੱਕ ਕੋਈ 100 ਮਿਲੀਅਨ ਕ੍ਰੋਸ ਨਹੀਂ ਕੀਤਾ ਸੀ, ਮੇਰੇ ਵਾਲਾ ਗਾਣਾ ਪਹਿਲਾਂ ਕਰ ਗਿਆ। ਫਿਰ ਉਹਨੇ ਦੂਜਾ, ਫਿਰ ਸ਼ਿਵਜੋਤ ਸਾਡੇ ਨਾਲ ਰਹਿੰਦਾ ਸੀ, ਸਾਡਾ ਛੋਟਾ ਭਰਾ ਹੈ, ਫਿਰ ਸ਼ਿਵਜੋਤ ਦਾ ਪਲਾਜ਼ੋ ਕੀਤਾ, ਉਹਦੇ ਵਿੱਚ ਫਿਰ ਅਸੀਂ ਦੋਵਾਂ ਨੇ ਫੀਚਰਿੰਗ ਕੀਤੀ, ਉਹਦਾ ਗਾਣਾ ਵੀ 100 ਮਿਲੀਅਨ ਲੰਘ ਗਿਆ। ਮੇਰੇ ਖਿਆਲ ਦੇ ਵਿੱਚ ਉਹਦਾ ਆਪਦਾ ਗਾਣਾ ਉਦੋਂ ਤੱਕ ਕੋਈ ਵੀ 100 ਮਿਲੀਅਨ ਨਹੀਂ ਗਿਆ ਸੀ ਜਦੋਂ ਨੂੰ ਮੇਰੇ ਤੇ ਸ਼ਿਵਜੋਤ ਦੇ ਲੰਘ ਗਏ ਸੀ, ਦੋਵਾਂ ਦੇ ਵਿੱਚ ਉਹਦੀ ਫੀਚਰਿੰਗ ਸੀ। ਸੋ ਇੱਕ ਦੂਜੇ ਲਈ ਹੋਰ ਯਾਰੀ ਇਦੋਂ ਵੱਧ ਕੀ ਹੋ ਸਕਦੀ ਹੈ, ਹੈ ਨਾ। ਉਹਨੇ ਆਪਦੇ ਆਪ ਨੂੰ ਹਮੇਸ਼ਾ ਪਿੱਛੇ ਰੱਖ ਕੇ ਸਾਨੂੰ ਵੱਡਾ ਕੀਤਾ। ਅੱਜ ਅਸੀਂ ਸਾਰੇ ਜਣੇ ਰਲ ਮਿਲ ਕੇ ਕਿੰਨੀਆਂ ਫਿਲਮਾਂ ਕਰੀ ਜਾਂਦੇ ਹਾਂ, ਗਾਣੇ ਕਰੀ ਜਾਂਦੇ ਹਾਂ, ਹੈ ਨਾ। ਯਾਰੀ ਦੇ ਉੱਤੇ ਅਸੀਂ ਗਾਣਾ ਵੀ ਕੀਤਾ ਇਕੱਠਿਆਂ। ਬਿੱਲਾ ਬਾਈ, ਦੀਪ ਧੂਰੀ ਸਾਡਾ ਫਰੈਂਡ ਹੈ, ਅੱਜ ਕੱਲ੍ਹ ਫਿਲਮਾਂ ਦੇ ਵਿੱਚ ਕਿੱਡਾ ਵਧੀਆ ਕੰਮ ਕਰ ਰਿਹਾ। ਠੀਕ ਹੈ। ਉਹ ਵੀ ਦੇਖੋ ਇੱਕ ਬੁਲਾਵੇ ਤੇ ਬਿਨਾਂ ਕਿਸੇ ਲਾਲਚ ਦੇ ਨਾਲ ਕੰਮ ਕਰਕੇ ਗਿਆ। ਅੱਛਾ, ਪਰ ਇੱਕ ਇਹ ਹੁੰਦਾ ਵੀ ਜਦੋਂ ਯਾਰ ਦੋਸਤ ਵਧੀਆ ਸਿਸਟਮ 'ਚ ਹੁੰਦੇ ਆ ਨਾ, ਬਹੁਤ ਵਾਰੀ ਅਸੀਂ ਯਾਰ ਦੋਸਤ ਆ, ਉਹਨਾਂ 'ਚ ਕੋਈ ਇਹੋ ਜਿਹਾ ਚੌਥਾ ਬੰਦਾ ਰਲਦਾ ਵੀ ਜਿਹੜਾ ਸਾਰਿਆਂ ਨੂੰ ਨਾ ਅੱਡੋ ਅੱਡੀ ਜੇ ਕਰ ਦਿੰਦਾ, ਹਾਂਜੀ, ਭਾਂਡੇ 'ਚ ਖਿਲਾਰ ਦਿੰਦਾ, ਫਿਰ ਤੁਹਾਡੇ 'ਚ ਕੋਈ ਆਇਆ ਜਾਂ ਫਿਰ ਤੁਸੀਂ? ਬਹੁਤ ਆਏ, ਬਹੁਤ ਆਏ। ਕਈ ਲੋਕਾਂ ਨੂੰ ਸਿਰਫ ਇਹੀ ਲਾਲਚ ਹੋਣਾ ਕਿ ਯਾਰ ਸੰਦੀਪ ਬਰਾੜ ਦਾ ਕੰਮ ਐਡਾ ਵਧੀਆ ਹੋ ਗਿਆ, ਸ਼ਿਵਜੋਤ ਦਾ ਕੰਮ ਐਡਾ ਵਧੀਆ ਹੋ ਗਿਆ, ਅਤੇ ਉਹ ਲੋਕਾਂ ਨੇ ਆ ਕੇ ਕਦੇ ਬਿੱਲੇ ਬਾਈ ਦੇ ਕੰਨ ਭਰਨੇ ਜਾਂ ਇੱਧਰ ਉੱਧਰ। ਪਰ ਦੇਖੋ ਜਦੋਂ ਤੁਸੀਂ ਇੰਨੇ ਸਾਲਾਂ ਤੋਂ ਇਕੱਠੇ ਰਹਿ ਰਹੇ ਹੋ, ਇਕੱਠੇ ਖਾਂਦੇ ਪੀਂਦੇ ਹੋ ਹਮੇਸ਼ਾ, ਹੈ ਨਾ, ਤੁਹਾਡੀਆਂ ਫੈਮਲੀਆਂ ਇਕੱਠੀਆਂ ਰਹਿ ਰਹੀਆਂ, ਮੇਰੇ ਖਿਆਲ ਦੇ ਵਿੱਚ ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲਏ, ਨਹੀਂ ਉਹ ਬੰਦਾ ਤੁਹਾਡੇ ਵਿੱਚ ਫਰਕ ਪਾ ਸਕਦਾ। ਉਹ ਅਸੀਂ ਅੱਜ ਵੀ ਉਵੇਂ ਹੀ ਹਾਂ ਸਾਰੇ। ਨਹੀਂ, ਪਰ ਉਹ ਕਦੇ ਤਕਰਾਰ ਹੋਈ ਕਿਸੇ ਗੱਲ ਤੋਂ? ਬਹੁਤ ਸਾਰੀਆਂ ਗੱਲਾਂ ਦੇ ਵਿੱਚ, ਕਿਉਂਕਿ ਕਈ ਵਾਰ ਜਿਹੜੇ ਬੰਦੇ ਕੰਨ ਭਰਨ ਦੇ ਵਿੱਚ ਬਹੁਤ ਮਾਹਰ ਹੁੰਦੇ ਆ ਨਾ, ਉਹ ਬਹੁਤ ਕੋਸ਼ਿਸ਼ਾਂ ਕਰਦੇ ਰਹਿੰਦੇ ਆ, ਕਦੇ ਮੇਰੇ ਕੋਲ ਆ ਕੇ ਦੂਜੇ ਬੰਦੇ ਦੀ ਬੁਰਾਈ ਕਰਤੀ, ਉਹਦੇ ਕੋਲ ਜਾ ਕੇ ਮੇਰੀ ਕਰਤੀ, ਪਰ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਬਹੁਤ ਸੱਚੇ ਸੁੱਚੇ ਹਾਂ, ਹੈ ਨਾ। ਸੋ ਅਸੀਂ ਸਾਰੀਆਂ ਗੱਲਾਂ ਕਲੀਅਰ ਕਰ ਲੈਂਦੇ ਹਾਂ। ਠੀਕ ਹੈ। ਨਹੀਂ, ਮਤਲਬ ਪਹਿਲ ਕਿਹਦੇ ਬਣੀ ਹੁੰਦੀ ਆ ਵੀ ਜਿਵੇਂ ਮੰਨ ਕੇ ਚਲੋ ਕਿਸੇ ਨੇ ਕੋਈ ਗੱਲ ਕਹਿਤੀ, ਪਤਾ ਲੱਗ ਗਿਆ ਵੀ ਦੂਰੀ ਜੀ ਮਾਰ ਰਹੀ ਹੈ, ਫਿਰ ਤੁਸੀਂ ਪਹਿਲ ਕਰਦੇ ਹੋ ਬਿੱਲਾ? ਹਮੇਸ਼ਾ ਹੀ, ਚਾਹੇ ਉਹ ਜਿਹਨੂੰ ਵੀ ਮੌਕਾ ਮਿਲ ਜੇ, ਜਦੋਂ ਸਾਨੂੰ ਪਤਾ ਲੱਗਦਾ ਲੈ ਵੀ ਆਹ ਵਿੱਚ ਕੋਈ ਬੰਦਾ ਆ ਗਿਆ ਜਿਹੜਾ ਕੋਈ ਇੱਦਾਂ ਦੀਆਂ ਖਰਾਬੀਆਂ ਕਰ ਰਿਹਾ ਸੀ, ਉਹਦੇ ਨਾਲ ਦੀ ਨਾਲ ਹੀ ਬੰਦੇ ਨੂੰ ਪਾਸੇ ਕਰ ਲੈਣਾ। ਅੱਛਾ, ਤੁਹਾਡੇ ਹਿਸਾਬ ਨਾਲ ਕੀ ਬੰਦਾ ਪਰਖਣ ਦੀ ਪਹਿਲੀ ਕੀ ਹੋਣਾ ਚਾਹੀਦਾ, ਤੁਸੀਂ ਕਿਵੇਂ ਪਰਖਦੇ ਹੋ? ਦੇਖੋ ਦੂਜੇ ਬੰਦੇ ਦੇ ਦਿਲ ਦੇ ਵਿੱਚ ਵੜ ਕੇ ਤਾਂ ਆਪਾਂ ਕਦੇ ਦੇਖ ਨਹੀਂ ਸਕਦੇ, ਹੈ ਨਾ, ਪਰ ਆਪਾਂ ਇੱਥੋਂ ਕੁ ਤੱਕ ਇੰਨਾ ਕੁ ਆਪਾਂ ਪਹੁੰਚ ਚੁੱਕੇ ਹਾਂ, ਇੰਨਾ ਕੁ ਆਪਾਂ ਆਪਦੀ ਜ਼ਿੰਦਗੀ ਦੇ ਤਜਰਬੇ ਲੈ ਚੁੱਕੇ ਹਾਂ ਕਿ ਜਦੋਂ ਵੀ ਬੰਦਾ ਤੁਹਾਨੂੰ ਲੱਗ ਰਿਹਾ ਕਿ ਇਹ ਬੰਦਾ ਯਾਰ ਤੁਹਾਡੇ ਲਈ ਗੜਬੜ ਪੈਦਾ ਕਰ ਰਿਹਾ, ਹੈ ਨਾ, ਉਦੋਂ ਹੀ ਤੁਸੀਂ ਉਹ ਤੋਂ ਪਾਸਾ ਵੱਟ ਲਓ।